ਜੇਕਰ ਸਾਡੇ ਦੇਸ਼ 'ਚ ਅੱਜ ਤੱਕ ਭੋਰਾ ਵੀ ਸ਼ਹੀਦਾਂ ਦੀ ਸੋਚ ਲਾਗੂ ਹੋਈ ਹੁੰਦੀ ਤਾਂ ਕੀ ਇੰਨੀ ਵੱਡੀ ਬੇਰੁਜ਼ਗਾਰੀ ਹੁੰਦੀ? ਕੀ ਇੰਨੀ ਵੱਡੀ ਪੱਧਰ 'ਤੇ ਲੋਕਾਂ ਸਿਰ ਕਰਜ਼ੇ ਚੜ੍ਹਦੇ ਅਤੇ ਲੋਕ ਖੁਦਕੁਸ਼ੀਆਂ ਕਰਦੇ? ਕੀ ਸ਼ਹੀਦਾਂ ਨੇ ਇਹ ਸਮਾਜ 'ਚ ਆਇਆ ਸੀ? ਅੱਜ ਸ਼ਹੀਦਾਂ ਦੇ ਸਮਾਰਕ 'ਤੇ ਸਰਕਾਰ ਵੀ ਆਈ ਸੀ ਅਤੇ ਆਮ ਲੋਕ ਵੀ ਆਏ, ਸਾਰਿਆਂ ਨੇ ਮੱਥੇ ਟੇਕੇ ਅਤੇ ਬਸ ਚਲੇ ਗਏ ਨੇ। ਜੇਕਰ ਸਾਡੇ ਲੋਕਾਂ ਨੂੰ ਸ਼ਹੀਦਾਂ ਦੀ ਅਸਲੀ ਸੋਚ ਦਾ ਪਤਾ ਲੱਗ ਜਾਏ ਤਾਂ ਹੁਸੈਨੀ ਵਾਲਾ ਦੇ ਵਿੱਚ ਜਿੰਨੇ ਅੱਜ ਇੱਥੇ ਲੋਕ ਪਹੁੰਚੇ ਹੋਏ ਨੇ ਉਹ ਸ਼ਾਇਦ ਜਿਸ ਤਰੀਕੇ ਦੇ ਨਾਲ ਭਗਤ ਸਿੰਘ ਨੂੰ ਤੁਸੀਂ ਸਾਹਮਣੇ ਦੇਖ ਸਕਦੇ ਹੋ, ਸ਼ਹੀਦ ਭਗਤ ਸਿੰਘ ਦੀ ਸਮਾਧ ਦੇ ਉੱਪਰ ਲੋਕ ਮੱਥਾ ਟੇਕ ਰਹੇ ਨੇ, ਉਹਨੂੰ ਬਾਬਾ ਸਮਝ ਕੇ ਕਈ ਲੋਕ ਇੱਥੇ ਸੁੱਖਣਾ ਵੀ ਸੁੱਖਦੇ ਹੋਣਗੇ, ਦਾਤਾਂ ਵੀ ਮੰਗਦੇ ਹੋਣਗੇ। ਔਰ ਇਹੀ ਸ਼ਾਇਦ ਚਾਹਿਆ ਜਾਂਦਾ ਕਿ ਭਗਤ ਸਿੰਘ ਦੇ ਵਿਚਾਰਾਂ ਤੋਂ, ਸ਼ਹੀਦਾਂ ਦੀ ਸੋਚ ਤੋਂ, ਉਹਨਾਂ ਦੀ ਵਿਚਾਰਧਾਰਾ ਤੋਂ ਲੋਕ ਬਹੁਤੇ ਵਾਕਫ ਨਾ ਹੋਣ, ਮੱਥੇ ਟੇਕੇ ਜਾਣ ਅਤੇ ਸੁੱਖਣਾ ਸੁੱਖੀਆਂ ਜਾਣ। ਇਸ ਦੇ ਟੋਟਲ ਧਨ ਸੰਪੱਤੀ ਦੇ ਵਿੱਚੋਂ 40% ਧਨ ਦੌਲਤ ਸਿਰਫ 1% ਕੋਲ ਇਕੱਠਾ ਹੋ ਚੁੱਕਾ ਹੈ ਅਤੇ 10% ਉੱਪਰਲੇ ਧਨੀਆਂ ਕੋਲ ਦੇਸ਼ ਦਾ 70% ਤੋਂ ਵੱਧ ਧਨ ਇਕੱਠਾ ਹੋ ਚੁੱਕਾ ਹੈ ਅਤੇ ਬਾਕੀ ਇਹ ਜਿਹੜੇ ਲੋਕ ਦਿਨ ਰਾਤ ਕੰਮ ਕਰਦੇ ਨੇ, ਕਿਰਤ ਕਰਦੇ ਨੇ, ਇਹ ਕਰਜ਼ਾਈ ਹੋ ਰਹੇ ਨੇ, ਇਹ ਤਿਲ ਤਿਲ ਮਰ ਰਹੇ ਨੇ, ਦਵਾਈ ਲੈਣ ਨੂੰ ਪੈਸੇ ਨਹੀਂ ਗਏ, ਬੱਚੇ ਪੜ੍ਹਾਉਣ ਨੂੰ ਪੈਸੇ ਨਹੀਂ ਗਏ। ਕੀ ਸ਼ਹੀਦ ਭਗਤ ਸਿੰਘ ਹੋਰਾਂ ਨੇ ਇਹ ਰਾਜ ਚਾਹਿਆ ਸੀ? ਤੁਸੀਂ ਦੇਖੋ ਪੂਰੇ ਦੇਸ਼ ਦੀ ਧਨ ਸੰਪੱਤੀ ਕੁਝ ਧਨ ਕੁਬੇਰਾਂ ਕੋਲ ਇਕੱਠੀ ਹੋ ਰਹੀ ਹੈ ਅਤੇ ਉਹੀ ਧਨ ਕੁਬੇਰ, ਉਹੀ ਧਨਾਢ ਲੋਕ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਪਿੱਛੇ ਰਹਿ ਕੇ ਕਰੋੜਾਂ ਰੁਪਈਏ ਫੰਡ ਦਿੰਦੇ ਨੇ ਅਤੇ ਫਿਰ ਆਪਣੇ ਹਿਸਾਬ ਨਾਲ ਸਰਕਾਰਾਂ ਨੂੰ ਚਲਾਉਂਦੇ ਨੇ। ਸ਼ਹੀਦ ਭਗਤ ਸਿੰਘ ਹੋਰਾਂ ਨੇ ਇਹ ਚਾਹਿਆ ਸੀ ਕਿ ਦੇਸ਼ ਦਾ ਧਨ ਦੌਲਤ ਕੁਝ ਕੁ ਪੂੰਜੀਪਤੀਆਂ ਦੇ, ਕੁਝ ਕੁ ਸਰਮਾਏਦਾਰਾਂ ਦੇ ਹੱਥਾਂ 'ਚ ਇਕੱਠਾ ਹੋ ਜਾਏ ਅਤੇ ਬਾਕੀ ਸਾਰੇ ਲੋਕ ਜਿਹੜੇ ਨੇ ਹੌਲੀ ਹੌਲੀ ਨੰਗ ਮਲੰਗ ਹੁੰਦੇ ਜਾਣ। ਅਤੇ ਇਹੀ ਕੁਝ ਅੱਜ ਹੋ ਰਿਹਾ। ਅੰਕੜੇ ਆਏ ਨੇ 2 ਦਿਨ ਪਹਿਲਾਂ, ਅੱਜ ਇੱਥੇ ਹੁਸੈਨੀ ਵਾਲੇ ਸ਼ਹੀਦਾਂ ਦੀਆਂ ਸਮਾਧਾਂ 'ਤੇ ਸਰਕਾਰ ਵੀ ਆਈ ਹੈ ਅਤੇ ਆਮ ਲੋਕ ਵੀ ਆਏ ਨੇ। ਪਰ ਅਫਸੋਸਦਾਰ ਅਫਸੋਸ ਕਿ ਸਰਕਾਰਾਂ ਨੇ ਅੱਜ ਤੱਕ ਸ਼ਹੀਦਾਂ ਦੀ ਸੋਚ ਵਾਲਾ ਰਾਜ ਕਦੇ ਪੈਦਾ ਨਹੀਂ ਕੀਤਾ ਅਤੇ ਆਮ ਲੋਕਾਂ ਨੇ ਵੀ ਅੱਜ ਤੱਕ ਸ਼ਹੀਦਾਂ ਦੀ ਸੋਚ ਨੂੰ ਨਾ ਪੜ੍ਹਿਆ, ਨਾ ਸਮਝਿਆ ਅਤੇ ਨਾ ਜਾਣਿਆ। ਅਤੇ ਇਹੀ ਕਾਰਨ ਹੈ ਕਿ ਦੇਸ਼ ਦੇ ਵਿੱਚ ਅੱਜ ਬਹੁਤ ਕੁਛ ਸ਼ਹੀਦਾਂ ਦੀ ਸੋਚ ਦੇ ਉਲਟ ਚੱਲ ਰਿਹਾ। ਤੁਸੀਂ ਦੇਖੋ ਪਿਛਲੇ ਦਿਨਾਂ ਤੋਂ ਜਿਹੜਾ ਰੌਲਾ ਉੱਠਿਆ ਹੋਇਆ ਕਿ ਇੱਥੇ ਸਰਕਾਰਾਂ ਬਣਾਉਣ ਵਾਲੀਆਂ ਪਾਰਟੀਆਂ ਵੱਡੀਆਂ ਵੱਡੀਆਂ ਕੰਪਨੀਆਂ ਤੋਂ ਚੋਣ ਫੰਡ ਲੈ ਕੇ, ਹਜ਼ਾਰਾਂ ਕਰੋੜ ਰੁਪਈਆ ਲੈ ਕੇ ਸਰਕਾਰਾਂ ਬਣਾਉਂਦੀਆਂ ਨੇ। ਕੀ ਇਹ ਸ਼ਹੀਦ ਭਗਤ ਸਿੰਘ ਹੋਰਾਂ ਦੀ ਸੋਚ ਸੀ? ਸਾਡੇ ਦੇਸ਼ 'ਚੋਂ ਤੰਗ ਹੋ ਕੇ ਸੈਂਕੜੇ ਹਜ਼ਾਰਾਂ ਬੱਚੇ ਹਰ ਮਹੀਨੇ ਅਤੇ ਲੱਖਾਂ ਮੁੰਡੇ ਕੁੜੀਆਂ ਹਰ ਸਾਲ ਵਿਦੇਸ਼ਾਂ ਵੱਲ ਭੱਜ ਜਾਂਦੇ ਨੇ। ਕੀ ਇਹ ਸ਼ਹੀਦ ਭਗਤ ਸਿੰਘ ਹੋਰਾਂ ਦੀ ਸੋਚ ਹੈ? ਜੇਕਰ ਸ਼ਹੀਦ ਭਗਤ ਸਿੰਘ ਹੋਰਾਂ ਦੀ ਸੋਚ ਲਾਗੂ ਹੋਈ ਹੁੰਦੀ ਤਾਂ ਕੀ ਸਾਡੇ ਦੇਸ਼ 'ਚੋਂ ਤੰਗ ਹੋ ਕੇ, ਬੇਰੁਜ਼ਗਾਰੀ ਤੋਂ ਅਤੇ ਮੰਦੀਆਂ ਹਾਲਤਾਂ ਤੋਂ ਤੰਗ ਹੋ ਕੇ ਨੌਜਵਾਨਾਂ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਣਾ ਪੈਂਦਾ? ਜੇਕਰ ਸਾਡੇ ਦੇਸ਼ 'ਚ ਸ਼ਹੀਦ ਭਗਤ ਸਿੰਘ ਹੋਰਾਂ ਦੀ ਸੋਚ ਲਾਗੂ ਹੋਈ ਹੁੰਦੀ ਤਾਂ ਕੀ ਅੱਜ ਇੱਥੇ ਅਮੀਰ ਗਰੀਬ ਦਾ ਇੰਨਾ ਵੱਡਾ ਪਾੜਾ ਦਿਖਦਾ? ਸ਼ਹੀਦ ਭਗਤ ਸਿੰਘ ਹੋਰਾਂ ਦੀਆਂ ਲਿਖਤਾਂ ਦੇ ਵਿੱਚੋਂ ਇਹ 4-5 ਚਿੱਠੀਆਂ ਕੱਢ ਕੇ ਅਤੇ ਇੱਥੇ ਲਿਖ ਕੇ ਲਾਈਆਂ ਹੋਈਆਂ ਨੇ। ਇਹਨਾਂ ਚਿੱਠੀਆਂ 'ਚੋਂ ਪਤਾ ਲੱਗਦਾ ਕਿ ਉਹਨਾਂ ਦੀ ਸੋਚ ਕੀ ਸੀ, ਉਹਨਾਂ ਦੀ ਵਿਚਾਰਧਾਰਾ ਕੀ ਸੀ, ਉਹ ਚਾਹੁੰਦੇ ਕੀ ਸੀ। ਇੱਕ ਇਹ ਚਿੱਠੀ ਹੈ, ਇੱਕ ਉਹ ਚਿੱਠੀ ਹੈ, ਇਹ ਉਹ ਚਿੱਠੀਆਂ ਨੇ ਜਿਹੜੀਆਂ ਫਾਂਸੀ ਤੋਂ ਕੁਝ ਦਿਨ ਪਹਿਲਾਂ ਹੀ ਸ਼ਹੀਦ ਭਗਤ ਸਿੰਘ ਹੋਰਾਂ ਨੇ ਆਪਣੇ ਪਰਿਵਾਰ ਨੂੰ ਅਤੇ ਆਪਣੇ ਸਾਥੀਆਂ ਨੂੰ ਲਿਖੀਆਂ ਸੀਗੀਆਂ। ਔਰ ਜਿਸ ਤਰ੍ਹਾਂ ਇਹ ਚਿੱਠੀਆਂ ਨੇ, ਉਸੇ ਤਰ੍ਹਾਂ ਹੀ ਸ਼ਹੀਦ ਭਗਤ ਸਿੰਘ ਹੋਰਾਂ ਦੇ ਕਿੰਨੇ ਹੀ ਲੇਖ ਨੇ, ਜਿਵੇਂ ਵਿਦਿਆਰਥੀ ਅਤੇ ਰਾਜਨੀਤੀ, ਜਿਵੇਂ ਅਛੂਤ ਦਾ ਸਵਾਲ, ਜਿਵੇਂ ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ, ਜਿਵੇਂ ਬੰਬ ਦਾ ਫਲਸਫਾ,
ਮੈਂ ਨਾਸਤਕ ਕਿਉਂ ਹਾਂ ਅਤੇ ਹੋਰ ਕਿੰਨੀਆਂ ਹੀ ਉਹਨਾਂ ਦੀਆਂ ਲਿਖਤਾਂ ਨੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੀ ਸੋਚ ਵਿਚਾਰਧਾਰਾ ਦਾ ਜ਼ਰਾ ਜ਼ਰਾ ਸਮਝ ਆਉਂਦਾ ਅਤੇ ਫਿਰ ਇਹ ਪਹੇਲੀ ਸਮਝ ਆਉਂਦੀ ਹੈ ਕਿ ਆਖਰ ਉਹ ਕਿਹੜੀ ਆਜ਼ਾਦੀ ਚਾਹੁੰਦੇ ਸੀ, ਉਹ ਕਿਹੋ ਜਿਹਾ ਸਮਾਜ ਚਾਹੁੰਦੇ ਸੀ ਜਿਹੜਾ ਅੱਜ ਤੱਕ ਕਿਤੇ ਦਿਖਣ ਨੂੰ ਨਹੀਂ ਮਿਲ ਰਿਹਾ। ਸੋ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਲੋਕ ਨੇ ਜਿਹੜੇ ਇੱਥੇ ਮੱਥਾ ਟੇਕ ਰਹੇ ਨੇ, ਪਰ ਸਵਾਲ ਇਹ ਹੈ ਕਿ ਅੱਜ ਤੁਸੀਂ ਦੇਖੋ ਦੇਸ਼ ਦੀ ਹਾਲਾਤ ਕੀ ਹੈ। ਇੱਕ ਪਾਸੇ ਉਹ ਅੰਬਾਨੀ ਅਡਾਨੀ ਵਰਗੇ ਲੋਕ ਨੇ ਜਿਹੜੇ ਆਪਣੇ ਧੀਆਂ ਪੁੱਤਰਾਂ ਦੇ ਵਿਆਹਾਂ ਦੇ ਉੱਪਰ ਹਜ਼ਾਰਾਂ ਕਰੋੜ ਰੁਪਈਆ ਖਰਚ ਦਿੰਦੇ ਨੇ ਅਤੇ ਉਹ ਕਹਿੰਦੇ ਨੇ ਅਜੇ ਅਸੀਂ ਕੀਤਾ ਹੀ ਕੀ ਹੈ। ਅਤੇ ਇੱਕ ਪਾਸੇ ਸਾਡੇ ਇਹ ਜਿਹੜੀ ਆਮ ਜਨਤਾ ਹੈ ਇਹ ਦਵਾਈ ਦਾਰੂ ਲੈਣ ਤੋਂ ਵੀ ਆਤਰ ਹੈ। ਇਹ ਲੋਕ ਰੋਜ਼ਾਨਾ ਔਸਤਨ 20 ਤੋਂ ਵੱਧ ਵਿਅਕਤੀ ਕਰਜ਼ਿਆਂ ਕਰਕੇ ਜ਼ਿੰਦਗੀ ਤੋਂ ਤੰਗ ਆ ਕੇ ਇਸ ਦੇਸ਼ ਆਤਮ ਹੱਤਿਆ ਕਰ ਰਹੇ ਨੇ। ਤੁਸੀਂ ਦੇਖੋ ਜਿਹੜੇ ਗੋਰੇ ਅੰਗਰੇਜ਼ਾਂ ਤੋਂ ਨੂੰ ਭਾਰਤ 'ਚੋਂ ਭਜਾਉਣ ਦੇ ਲਈ, ਉਹਨਾਂ ਦਾ ਰਾਜ ਖਤਮ ਕਰਨ ਦੇ ਲਈ ਉਹਨਾਂ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ, ਫਾਂਸੀਆਂ 'ਤੇ ਚੜ੍ਹੇ, ਅੱਜ ਸਾਡੇ ਧੀਆਂ ਪੁੱਤ 30-30 40-40 ਲੱਖ ਰੁਪਈਆ ਲਾ ਕੇ ਉਹਨਾਂ ਹੀ ਗੋਰਿਆਂ ਦੇ ਦੇਸ਼ ਜਾਣਾ ਚਾਹੁੰਦੇ ਨੇ। ਕਿਉਂ? ਕੀ ਇਸੇ ਆਜ਼ਾਦੀ ਲਈ ਸਾਡੇ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਸੀ? ਇਹ ਸਵਾਲ ਸਰਕਾਰਾਂ ਨੂੰ ਵੀ ਹੈ, ਇਹ ਸਵਾਲ ਸਾਨੂੰ ਸਾਰਿਆਂ ਨੂੰ ਵੀ ਹੈ, ਕਿਉਂਕਿ ਅਸੀਂ ਸ਼ਹੀਦਾਂ ਦੀ ਲਿਖਤਾਂ ਨੂੰ ਪੜ੍ਹਿਆ ਹੀ ਕਿੱਥੇ ਹੈ? ਅਸੀਂ ਸ਼ਹੀਦਾਂ ਦੀ ਸੋਚ ਨੂੰ ਜਾਣਿਆ ਹੀ ਕਿੱਥੇ ਹੈ? ਅਸੀਂ ਵੀ ਸ਼ਹੀਦਾਂ ਪ੍ਰਤੀ ਸਿਰਫ ਸਾਲ 'ਚ ਇੱਕ ਦਿਨ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਇੱਥੇ ਆ ਕੇ ਮੱਥਾ ਟੇਕ ਕੇ ਅਤੇ ਆਪਣਾ ਫਰਜ਼ ਪੂਰਾ ਕਰ ਦੇਣ ਨੂੰ ਹੀ ਵੱਡੀ ਗੱਲ ਸਮਝ ਲੈਂਦੇ ਹਾਂ। ਜੇਕਰ ਲੋਕ ਸ਼ਹੀਦਾਂ ਦੀਆਂ ਉਹ ਲਿਖਤਾਂ ਪੜ੍ਹ ਲੈਣ ਜਿਹੜੀਆਂ ਸ਼ਹੀਦਾਂ ਨੇ ਆਪਣੇ ਹੱਥਾਂ ਦੇ ਨਾਲ ਲਿਖੀਆਂ ਸਨ, ਜੇਕਰ ਲੋਕ ਸ਼ਹੀਦ ਭਗਤ ਸਿੰਘ ਦੀ ਉਹ ਜੇਲ੍ਹ ਡੈਰੀ ਪੜ੍ਹ ਲੈਣ ਜਿਹੜੀ ਸ਼ਹੀਦ ਭਗਤ ਸਿੰਘ ਹੋਰਾਂ ਨੇ ਜੇਲ੍ਹ ਦੇ ਵਿੱਚ ਲਿਖੀ ਸੀ, ਜੇਕਰ ਲੋਕ ਜਨਤਾ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਉਹ ਸਾਰੀਆਂ ਲਿਖਤਾਂ ਜਿਹੜੀਆਂ ਉਹਨਾਂ ਹੱਥੀਂ ਲਿਖੀਆਂ ਸੀ ਉਹ ਪੜ੍ਹ ਲੈਣ, ਤਾਂ ਸ਼ਾਇਦ ਇਹ ਦੇਸ਼ ਦਾ ਨਕਸ਼ਾ ਹੀ ਕੁਝ ਹੋਰ ਹੋ ਜਾਏਗਾ, ਕਿਉਂਕਿ ਫਿਰ ਲੋਕਾਂ ਨੂੰ ਪਤਾ ਲੱਗੇਗਾ ਕਿ ਉਹ ਆਜ਼ਾਦੀ ਕਿੱਥੇ ਹੈ ਜਿਹੜੀ ਆਜ਼ਾਦੀ ਦੇ ਲਈ ਇਹਨਾਂ ਮਹਾਨ ਸ਼ਹੀਦਾਂ। ਇਹ ਸਮਾਧੀ ਹੈ ਬੀ ਕੇ ਦੱਤ ਜੀ ਦੀ, ਬਟੂਕੇਸ਼ਵਰ ਦੱਤ ਜਿਹੜੇ ਸ਼ਹੀਦ ਭਗਤ ਸਿੰਘ ਹੋਰਾਂ ਦੇ ਸਾਥੀ ਸੀ। ਸਾਹਮਣੇ ਵੀ ਉਹ ਸਮਾਰਕ ਹੈ, ਉੱਥੇ ਵੀ ਲੋਕ ਮੱਥੇ ਟੇਕ ਰਹੇ ਨੇ, ਉੱਧਰ ਵੀ ਲੋਕ ਮੱਥੇ ਟੇਕ ਰਹੇ ਨੇ, ਉਸ ਤੋਂ ਪਰੇ ਵੀ। ਦੇਖੋ ਸਤਿਕਾਰ ਅਤੇ ਸ਼ਰਧਾ ਬੜੀ ਚੰਗੀ ਚੀਜ਼ ਹੈ, ਪਰ ਅਸੀਂ ਚਾਹੇ ਗੁਰੂ ਸਾਹਿਬਾਨ ਹੋਣ ਅਤੇ ਚਾਹੇ ਸ਼ਹੀਦ, ਉਹਨਾਂ ਨੂੰ ਮੱਥਾ ਟੇਕਣ ਤੱਕ ਸੀਮਿਤ ਕਰ ਦਿੰਦੇ ਹਾਂ। ਇੱਥੇ ਹੀ ਸਭ ਤੋਂ ਵੱਡਾ ਬੈਰੀਅਰ ਆਣ ਖੜ੍ਹਾ ਹੁੰਦਾ, ਕਿਉਂਕਿ ਅੱਜ ਤੱਕ ਗੁਰਬਾਣੀ ਨੂੰ ਵੀ ਅਸੀਂ ਨਾ ਸਮਝਿਆ ਅਤੇ ਨਾ ਅਪਣਾਇਆ, ਅਤੇ ਸ਼ਹੀਦਾਂ ਦੀ ਸੋਚ ਵਿਚਾਰਧਾਰਾ ਨੂੰ ਮੇਰੇ ਖਿਆਲ ਦੇ ਨਾਲ ਜੇ ਆਪਾਂ ਇੱਥੇ ਪੁੱਛਣ ਲੱਗੀਏ ਤਾਂ ਕੋਈ ਵਿਰਲਾ ਹੋਏਗਾ ਜਿਹਨੇ ਉਹਨਾਂ ਸ਼ਹੀਦਾਂ ਦੀਆਂ ਲਿਖਤਾਂ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ ਪੜ੍ਹਿਆ ਅਤੇ ਸਮਝਿਆ। ਇਹੀ ਕਾਰਨ ਹੈ ਕਿ ਅਸੀਂ ਸਿਰਫ ਮੱਥੇ ਟੇਕਣ ਤੱਕ ਸੀਮਤ ਹਾਂ, ਅਤੇ ਇਹੀ ਕਾਰਨ ਹੈ ਕਿ ਜੋ ਸਿਸਟਮ ਅੰਗਰੇਜ਼ਾਂ ਨੇ ਜਣਿਆ ਸੀ, ਬੁਣਿਆ ਸੀ, ਉਹ ਸਿਸਟਮ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ, ਚੱਲ ਰਿਹਾ, ਔਰ ਇਹ ਸਿਸਟਮ ਉਦੋਂ ਤੱਕ ਇੱਦਾਂ ਹੀ ਚੱਲੇਗਾ ਜਦੋਂ ਤੱਕ ਲੋਕ ਸ਼ਹੀਦਾਂ ਦੀਆਂ ਉਹਨਾਂ ਲਿਖਤਾਂ ਨੂੰ, ਉਹ ਸੋਚ ਨੂੰ ਪੜ੍ਹਦੇ ਅਤੇ ਸਮਝਦੇ ਨਹੀਂ ਜਿਹੜੀ ਸੋਚ ਉਹ ਲਿਖਤੀ ਰੂਪ 'ਚ ਸਾਡੇ ਲਈ ਛੱਡ ਕੇ ਗਏ ਨੇ। ਅੱਜ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਅਤੇ ਰਾਜਨੇਤਾ ਜਿਹੜੇ ਨੇ ਉਹ ਸ਼ਹੀਦ ਭਗਤ ਸਿੰਘ ਵਰਗੀਆਂ ਪੱਗਾਂ ਬੰਨ੍ਹ ਕੇ ਅਤੇ ਉਹਨਾਂ ਸ਼ਹੀਦਾਂ ਦਾ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਵਰਤ ਕੇ ਵੋਟਾਂ ਇਕੱਠੀਆਂ ਕਰਦੇ ਨੇ, ਪਰ ਜੇਕਰ ਉਹਨਾਂ ਦੀਆਂ ਲਿਖਤਾਂ ਮੁਤਾਬਕ ਦੇਖਿਆ ਜਾਏ ਤਾਂ ਅੱਜ ਤੱਕ ਭਾਰਤ ਦੇ ਅੰਦਰ ਕਿਸੇ ਵੀ ਸਿਆਸੀ ਪਾਰਟੀ ਨੇ ਸ਼ਹੀਦਾਂ ਦੇ ਸੁਪਨਿਆਂ ਵਾਲਾ ਰਾਜ ਕਾਇਮ ਕਰਨ ਦੀ ਨਾ ਕੋਸ਼ਿਸ਼ ਕੀਤੀ ਹੈ, ਨਾ ਉਹ ਰਾਜ ਦਾ ਇੱਥੇ ਬਿਲਕੁਲ 1% ਵੀ ਕਿਤੇ ਕੁਝ ਨਜ਼ਰ ਆਉਂਦਾ ਹੈ। ਤੁਸੀਂ ਦੇਖ ਸਕਦੇ ਹੋ
ਹੁਸੈਨੀਵਾਲਾ ਦੇ ਵਿੱਚ ਅੱਜ ਸੈਂਕੜੇ ਹਜ਼ਾਰਾਂ ਲੋਕ ਸੁਬਾਹ ਤੋਂ ਆਏ ਨੇ ਅਤੇ ਜਾ ਰਹੇ ਨੇ। ਮੇਲਾ ਜਿਹਾ ਲੱਗਿਆ ਹੋਇਆ, ਬਾਹਰ ਜਲੇਬੀਆਂ ਦੀਆਂ ਪਕੌੜਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ, ਇੱਥੇ ਮੇਲਾ ਲੱਗਿਆ ਪਿਆ।